ਪੰਜਾਬ ਦੇ ਵਿੱਚ ਕਰਫਿਊ ਦੀ ਮਿਆਦ ਨੂੰ 1 ਮਈ ਤੱਕ ਵਧਾ ਦਿੱਤਾ ਗਿਆ ਹੈ। ਭਾਵੇਂ ਕਰਫਿਊ ਦੀ ਮਿਆਦ ਵਧਾ ਦਿੱਤੀ ਗਈ ਹੈ, ਪਰ ਬੀਤੇ ਦਿਨ ਕੁਝ ਅਖੌਤੀ ਨਿਹੰਗ ਸਿੰਘਾਂ ਦੇ ਵੱਲੋਂ ਪਟਿਆਲਾ ਦੀ ਸਬਜ਼ੀ ਮੰਡੀ ਦੇ ਬਾਹਰ ਪੁਲਿਸ ਦੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ, ਜਿਸ ਦੇ ਤਹਿਤ ਨਾਭਾ ਵਿਖੇ ਕਰਫਿਊ ਦੌਰਾਨ ਭਾਰੀ ਸਖਤਾਈ ਕਰ ਦਿੱਤੀ ਗਈ ਅਤੇ ਹਰ ਇੱਕ ਚੌਂਕ ਤੇ ਚੱਪੇ ਚੱਪੇ ਤੇ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ, ਤਾਂ ਜੋ ਕੋਈ ਸ਼ਰਾਰਤੀ ਅਨਸਰ ਕਿਸੇ ਵੀ ਤਰ੍ਹਾਂ ਦੀ ਹਰਕਤ ਨਾ ਕਰ ਸਕੇ। ਜ਼ਿਕਰੇ ਖਾਸ ਹੈ ਕਿ ਨਾਭਾ ਦੇ DSP ਵਰਿੰਦਰਜੀਤ ਸਿੰਘ ਥਿੰਦ ਦੇ ਵੱਲੋਂ ਵੱਖ ਵੱਖ ਚੌਂਕਾਂ ਦਾ ਜਾਇਜ਼ਾ ਲਿਆ ਗਿਆ ਅਤੇ ਨਾਲ ਹੀ ਨਾਭਾ ਦੀ ਸਬਜ਼ੀ ਮੰਡੀ ਦੇ ਪੁਖਤਾ ਇੰਤਜ਼ਾਮ ਤੇ ਬੋਲਦਿਆਂ ਹੋਏ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਸਾਰੇ ਹੀ ਪੁਖਤਾ ਇੰਤਜ਼ਾਮ ਪਹਿਲਾਂ ਹੀ ਕੀਤੇ ਗਏ ਹੋਏ ਸਨ। ਉਹਨਾਂ ਦਾ ਕਹਿਣਾ ਸੀ ਕਿ ਬਿਨਾਂ ਪਾਸ ਵਾਲੇ ਵਿਅਕਤੀ ਨੂੰ ਮੰਡੀ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਹੈ ਤੇ ਜੇਕਰ ਕੋਈ ਵਿਅਕਤੀ ਕਰਫਿਊ ਦੀ ਉਲੰਘਣਾ ਕਰਦਾ ਹੈ ਤਾਂ ਉਸਦੇ ਖਿਲਾਫ਼ ਧਾਰਾ 188 ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਜ਼ਿਕਰੇ ਖਾਸ ਹੈ ਕਿ ਇਸ ਮੌਕੇ ਤੇ ਉਹਨਾਂ ਨੇ ਪਿੱਛੇ ਦਿਨੀ ਪਟਿਆਲਾ ਦੇ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਕਿਹਾ ਕਿ ਇਸ ਘਟਨਾ ਦੇ ਨਾਲ ਉਹਨਾਂ ਦੇ ਹੌਸਲੇ ਦੇ ਵਿੱਚ ਕੋਈ ਵੀ ਕਮੀ ਨਹੀਂ ਆਈ ਹੈ, ਉਹ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਿਭਾ ਰਹੇ ਨੇ। ਆਪਾਂ ਸ਼ਹਿਰ ਦੇ ਵਿੱਚ ਔਰ ਨਾਭਾ ਸਬ ਡਿਵੀਜ਼ਨ ਦੇ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਹੈ। ਅਸੀਂ ਕੋਈ 250 ਦੇ ਕਰੀਬ ਫੋਰਸ ਲਗਾਈ ਵੀ ਹੈ, ਨਾਕੇ ਸਾਡੇ ਔਰ ਪੈਟਰੋਲਿੰਗ 24 ਘੰਟੇ ਚੱਲ ਰਹੀ ਹੈ ਅਰਾਊਂਡ ਦਾ ਕਲੋਕ, ਅਤੇ ਜਿਹੜਾ ਅਸੀਂ ਡਰੋਨ ਰਾਹੀਂ ਵੀ ਸਰਵੀਲੈਂਸ ਰੱਖ ਰਹੇ ਹਾਂ ਅਤੇ ਬਾਕੀ ਜਿੰਨੀਆਂ ਵੀ ਹਦਾਇਤਾਂ ਸਾਨੂੰ ਸੀਨੀਅਰ ਆਫਿਸਰਸ ਵੱਲੋਂ ਆਉਂਦੀਆਂ ਅਸੀਂ ਟਾਈਮਲੀ ਉਹਨਾਂ ਨੂੰ ਹਰ ਨਾਕੇ ਅਤੇ ਹਰ ਪੈਟਰੋਲਿੰਗ ਪਾਰਟੀ ਨੂੰ ਅਸੀਂ ਬਰੀਫ ਕਰ ਦਿੰਦੇ ਹਾਂ। ਕੱਲ੍ਹ ਦੀ ਘਟਨਾ ਤੋਂ ਬਾਅਦ ਕਿਸ ਤਰ੍ਹਾਂ ਦਾ ਮਨੋਬਲ ਹੈ ਪੁਲਿਸ ਦੇ ਨੌਜਵਾਨਾਂ? ਬਿਲਕੁਲ ਜੀ, ਮਨੋਬਲ ਹਾਈ ਹੈ ਪੁਲਿਸ ਦਾ, ਕਿਉਂਕਿ ਜਿਸ ਹਿਸਾਬ ਨਾਲ ਸਾਡੇ ਸੀਨੀਅਰ ਆਫਿਸਰਸ ਨੇ, SSP ਸਾਹਿਬ ਨੇ, IG ਸਾਹਿਬ ਪਟਿਆਲਾ ਨੇ ਜਿਸ ਤਰ੍ਹਾਂ ਨਾਲ ਓਪਰੇਸ਼ਨ ਨੂੰ ਐਗਜੀਕਿਊਟ ਕੀਤਾ ਤਾਂ ਉਹਦੇ ਨਾਲ ਸਾਡੇ ਜਿਹੜੇ ਹੌਸਲੇ ਹੋਰ ਬੁਲੰਦ ਹੋਏ। ਹਾਲਾਂਕਿ ਘਟਨਾ ਸੀ ਜਿਹੜੀ ਮੰਦਭਾਗੀ ਸੀ, ਪਰ ਜਿਸ ਹਿਸਾਬ ਨਾਲ ਪਟਿਆਲਾ ਪੁਲਿਸ ਨੇ ਉਹਨੂੰ ਡੀਲ ਕੀਤਾ, ਸਾਡੀ ਲੀਡਰਸ਼ਿਪ ਕਰਕੇ ਸਾਨੂੰ ਪੂਰਾ ਹੌਸਲਾ ਜਿਹੜਾ ਸਾਡਾ ਬੁਲੰਦ ਹੈ। ਸਬਜ਼ੀ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਸਪੈਸ਼ਲ ਅਤੇ ਨਾਕਾਬੰਦੀ ਕੀਤੀ ਗਈ ਹੈ? ਜਦੋਂ ਨਾਭਾ ਜਿਹੜੀ ਸਬਜ਼ੀ ਮੰਡੀ ਹੈ, ਨਾਭਾ ਸਬਜ਼ੀ ਮੰਡੀ ਦੇ ਵਿੱਚ ਜਿਹੜਾ ਦੂਜੇ ਤੀਜੇ ਦਿਨ ਅਸੀਂ ਜਿਹੜਾ ਹੈਗਾ ਉਹ ਡਿਸਟ੍ਰੀਬਿਊਸ਼ਨ ਕਰਦੇ ਹਾਂ ਆਪਣਾ ਸਬਜ਼ੀਆਂ ਦਾ, ਅਤੇ ਉਸ ਦੌਰਾਨ ਅਸੀਂ ਸਿਰਫ ਰੇਹੜੀਆਂ ਵਾਲਿਆਂ ਨੂੰ ਜਿਹੜੀ ਡਿਲੀਵਰੀ ਦਿੰਦੇ ਹਾਂ, ਅਤੇ ਡਿਲੀਵਰੀ ਦੇ ਦੌਰਾਨ ਸਾਡੇ SHO ਕੋਤਵਾਲੀ ਨਾਭਾ ਉਹਨਾਂ ਦੇ ਅਧੀਨ ਜਿਹੜੀ ਹੈਗੀ ਹੈ ਇੱਕ ਨਾਕਾਬੰਦੀ ਹੁੰਦੀ ਹੈ ਔਰ ਮੰਡੀ ਦੇ ਵਿੱਚ ਪੈਟਰੋਲਿੰਗ ਚੱਲਦੀ ਹੈ ਤਾਂ ਕਿ ਜਿਹੜਾ ਸੋਸ਼ਲ ਡਿਸਟੈਂਸ ਉਹਨੂੰ ਮੇਨਟੇਨ ਕੀਤਾ ਜਾ ਸਕੇ, ਅਤੇ ਜਿਹੜੀ ਡਿਲੀਵਰੀ ਉਹ ਸਿਰਫ ਰੇਹੜੀ ਵਾਲਿਆਂ ਦੇ ਥਰੂ ਹੀ ਹੁੰਦੀ ਹੈ। ਕਰਫਿਊ ਲੰਘਿਆ ਉਹਨਾਂ ਦੇ ਕਿੰਨੇ ਕੁ ਚਲਾਨ ਕੱਢ ਦਿੱਤੇ ਗਏ ਨੇ ਅਤੇ ਹੁਣ ਕਿਸ ਤਰ੍ਹਾਂ? 180 ਦੇ ਕਰੀਬ ਕੋਈ ਅਸੀਂ ਵਹੀਕਲਸ ਦੇ ਚਲਾਨ ਕੱਟੇ ਐਂਡ ਵਹੀਕਲ ਇੰਪਾਊਂਡ ਕੀਤੇ ਹੈ ਦੋਵੇਂ ਮਿਲਾ ਕੇ, ਔਰ ਕੋਈ ਅਸੀਂ 42 ਜਿਹੜੇ ਕੇਸ ਰਜਿਸਟਰ ਕੀਤੇ ਹੈ ਅਤੇ 56 ਬੰਦੇ ਅਸੀਂ ਅਰੈਸਟ ਕੀਤੇ। ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।